ਕਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਖਾਲਸਾ ਸਕੂਲ ਕਲਗਰੀ ਵਿਖੇ ਗਰਾਊਂਡਾਂ ਦੇ ਨਿਰਮਾਣ ਲਈ ਫੰਡ ਇਕੱਠਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਸਬੰਧੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੀਆਂ ਗਰਾਊਂਡਾਂ ਵਿਚਕਾਰ ਪੰਜਾਬੀ ਅਖਬਾਰ ਨਾਲ ਗੱਲਬਾਤ ਦੌਰਾਨ ਉਹਨਾਂ ਨਿਰਮਾਣ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਣੇ ਕੋਲ 4 ਏਕੜ ਆਲਰੇਡੀ ਲੈਂਡ ਸਕੂਲ ਕੋਲੇ ਆਲਰੇਡੀ ਹੈਗੀ ਹੈ ਜਿਹੜੀ ਸਕੂਲ ਦੀ ਪ੍ਰਾਪਰਟੀ ਹੈ ਤੇ 4 ਏਕੜ ਜਿਹੜੀ ਹੋਰ ਲੈਂਡ ਆਪਾਂ ਰੌਕੀ ਵਿਊ ਕਾ ਲਿਸਟ ਲਈ ਹੋਇਆ ਜਿਹਨੂੰ ਆਪਾਂ ਬਾਇ ਕਰਨਾ ਪਲੱਸ 6 6 ਪੁਆਇੰਟ ਕੋਸ਼ੇ ਕਿੜੇ ਲੈਂਡ ਹੈਗੀ ਆ ਕਰਾਊਨ ਲੈਂਡ ਪਿਛੇ ਪਈ ਆ ਉਹਦੀ ਗੱਲ ਵੀ ਚੱਲ ਰਹੀ ਆ ਜਿਹੜੀ ਹੁਣ ਗਰਾਊਂਡ ਬਣਨੀ ਆ ਜਿਹੜਾ ਇੱਕ ਫੀਲਡ ਦਾ ਮੇਨ ਉਹ ਸਕੂਲ ਵਾਲੀ ਗਰਾਊਂਡ ਤੇ ਬਣਨਾ ਜਿਹਨੂੰ ਆਪਾਂ ਕਵਰ ਕਰਨ ਦਾ ਸੋਚਦੇ ਆ ਤੇ ਦੂਸਰੇ ਪਾਸੇ ਜਿਹੜੀ 4 1 ਕਿੜ ਲੈਂਡ ਆਪਾਂ ਰੌਕੀ 뷰 ਤੋਂ ਲਈ ਹੋਈ ਆ ਉਹਦੇ ਉੱਪਰ ਇੱਕ ਹੋਰ ਫੀਲਡ ਬਣੇਗਾ ਉਹ ਹਜੇ ਉਹਨੂੰ ਡੋਮ ਜਾਂ ਉਹਨੂੰ ਕਵਰ ਕਰਨ ਦਾ ਨਹੀਂ ਸੋਚਿਆ ਹੈਗਾ ਆ ਜਿਹੜਾ ਹੈਗਾ ਜੀ ਇਹ ਡੋਮ ਆ ਬਣਾਇਆ ਜਿਹੜਾ ਸੌਕਰ ਡੋਮ ਜਿਹਦੇ ਉੱਤੇ ਇੱਕ ਜਿਹੜੀ ਹੈਗੀ ਆ ਪੂਰੀ ਗਰਾਊ ਜਿਹੜਾ ਸੌਕਰ ਇਹਦੇ ਉੱਤੇ ਡੋਮ ਜਿਹੜਾ ਹੁੰਦਾ ਹੈਗਾ ਉਹ ਬਣਨਾ ਹੈ ਇੱਕ ਫੀਲਡ ਆਏਗਾ ਜਿਹੜਾ ਪੂਰਾ ਸੌਕਰ ਫੀਲਡ ਇਹਨੂੰ ਮਲਟੀਪਲ ਪਰਪਸ ਲਈ ਯੂਜ਼ ਕਰ ਸਕਦੇ ਆ ਇੱਕ ਆ ਹੈਗੇ ਤਿੰਨ ਬਾਸਕਟਬਾਲ ਕੋਰਟ ਆ ਆ ਅਡਜਸਟਿੰਗ ਜਿਮ ਆ ਜਿਹੜਾ ਆ ਖਾਲਸਾ ਸਕੂਲ ਦੀ ਬਿਲਡਿੰਗ ਹੈ ਪੂਰੀ ਤੇ ਆ ਸਾਰੀ ਪਾਰਕਿੰਗ ਹੈ ਜੀ ਨਾਲ ਸਾਡਾ ਸਾਰਾ ਹੀ ਫੰਡ ਰੇਜ਼ਿੰਗ ਜਿਹੜੀ ਅਸੀਂ ਕਰ ਰਹੇ ਹਾਂ ਗਰਾਊਂਡ ਦਾ ਪ੍ਰਾਲਾ ਕਰ ਰਹੇ ਹਾਂ 550 ਸਾਲਾ ਗੁਨਾਨ ਸਿੰਘ ਦੇਵ ਜੀ ਦੇ ਗੁਰਪੁਰਪ ਨੂੰ ਸਮਰਪਿਤ ਆ ਇਸ ਵਾਰ ਅਸੀਂ ਸੋਚਿਆ ਕਿ ਬੱਚਿਆਂ ਦੇ ਲਈ ਇੱਕ ਕਾਫੀ ਵੱਡੀ ਡਿਮਾਂਡ ਸੀਗੀ ਵੀ ਆਪਣੀ ਕਮਿਊਨਿਟੀ ਨੂੰ ਆਪਣੀਆਂ ਗਰਾਊਂਡਸ ਚਾਹੀਦੀਆਂ ਸੀ ਬੱਚਿਆਂ ਦੇ ਖੇਡਣ ਲਈ ਪ੍ਰੋਪਰ ਜਗ੍ਹਾ ਨਹੀਂ ਨਾ ਸਮਰਚਨਾ ਵਿੰਟਰ ਚ ਇਨਡੋਰ ਤਾਂ ਸਪੈਸ਼ਲਿਸਟ ਤੁਹਾਨੂੰ ਵਿੰਟਰ ਚ ਕੁਝ ਵੀ ਨਹੀਂ ਮਿਲਦਾ ਸਾਰਾ ਕੁਝ ਓਵਰ ਬੁੱਕ ਹੁੰਦਾ ਤੇ ਇਸ ਵਕਤ ਅਸੀਂ ਇਹੀ ਸੋਚਿਆ ਵੀ ਗੁਨਾਨ ਦੇਵ ਜੀ ਦੇ ਆਹ ਰਹੇ 550 ਸਾਲਾਂ ਗੁਰਪ੍ਰਬ ਤੇ ਰਾਲ ਮਿਲ ਕੇ ਹਮੜਾ ਮਾਰ ਕੇ ਸਾਰਾ ਕਮਿਊਨਿਟੀ ਰਾਲ ਮਿਲ ਕੇ ਪ੍ਰਾਲਾ ਕਰੇ ਗੁਰਦੁਆਰਾ ਸਾਹਿਬ ਸਟਾਰਟ ਕਰੂਗਾ ਤੇ ਆਪਾਂ ਇੱਕ ਗਰਾਊਂਡਸ ਬੱਚਿਆਂ ਨੂੰ ਸਮਰਪਿਤ ਕਰੀ ਬੱਚਿਆਂ ਨੂੰ ਦਈਏ ਗੁਨਾਨ ਦੇਵ ਜੀ ਦੇ ਨਾਂ ਥਲੇ ਇਸ ਤੇ ਲਾਹ ਹੁਣੀਆਂ ਕੋਈ ਵੀ ਕਮਿਊਨ ਇਹ ਗਰਾਊਂਡਸ ਕੱਲੀਆ ਪੰਜਾਬੀਆਂ ਲਈ ਜਾਂ ਸਿੱਖਾਂ ਲਈ ਨਹੀਂ ਇਹ ਨਾਨ ਪੰਜਾਬੀਆਂ ਲਈ ਸਾਰੇ ਹੀ ਵਰਤ ਸਕਣਗੇ ਆਫ ਕੋਰਸ ਜੇ ਆਪਣੀ ਕਮਿਊਨਿਟੀ ਦੀਆਂ ਗਰਾਊਂਡਸ ਦਾ ਪਾਇਓਰਿਟੀ ਆਪਾਂ ਨੂੰ ਜੇ ਆਪਣਾ ਕੋਈ ਟੂਰਨਾਮੈਂਟ ਪਹਿਲਾਂ ਕੋਈ ਆਪਣਾ ਕੋਈ ਕਮਿਊਨਿਟੀ ਦਾ ਇਵੈਂਟ ਆਉਂਦਾ ਵਾ ਤੇ ਪਰ ਇਹ ਬੁੱਕ ਵਾਈਜ਼ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਹੋਊਗਾ ਜੀ ਸਾਡਾ ਹੁਣ ਇਹ ਪ੍ਰੋਜੈਕਟ ਤਿਆਰ ਕੀਤਾ ਹੋਇਆ ਆ ਆਉਣ ਵਾਲੇ 2 ਸਾਲ ਦੇ ਵਿੱਚ ਕੰਪਲੀਟ ਹੋ ਜਾਣਾ ਹੈਗਾ ਜਦਾਂ ਡਿਪੈਂਡ ਕਰਦਾ ਫੰਡ ਆਪਾਂ ਕਿੰਨੇ ਛੇਤੀ ਕਿੰਨੇ ਕੁ ਜ਼ਿਆਦਾ ਇਕੱਠੇ ਕਰ ਲੈਨੇ ਆ ਉਹਦੇ ਹਿਸਾਬ ਦੇ ਨਾਲ ਜੀ ਜਿਹੜੀ ਕਾਸਟ ਆ ਜੀ ਬਿਦਾਊਟ ਡੋਮ ਜਿਹੜੀ ਆ 1 ਮਿਲੀਅਨ ਡਾਲਰ ਦੇ ਦੋਨੇ ਗਰਾਊਂਡਾਂ ਜੇ ਡਿਵੈਲਪ ਕਰਦੇ ਆ ਬਾਸਕਟਬਾਲ ਕੋਰਟ ਕਰਦੇ ਆ 1 ਮਿਲੀਅਨ ਡਾਲਰ ਦੀ ਆ ਜੇ ਇਹਦੇ ਉੱਪਰ ਡੋਮ ਆਪਾਂ ਪਾਉਨੇ ਆ ਸਾਰਾ ਇਧਰਲਾ ਵੀ ਕਰਦੇ ਹੈਗੇ ਆ ਤਾਂ ਆਲਮੋਸਟ 2.5 ਮਿਲੀਅਨ ਦੇ ਕਰੀਬ ਇਹਦੀ ਕਾਸਟ ਹੈ ਸਾਰੀ ਜਿਹੜੀਆਂ ਹੈਗੀਆਂ ਆ ਪਿੱਛੇ ਡੋਮ ਵਾਲੀ ਗਰਾਊਂਡ ਆ ਉਹ ਹੈਗੀ ਆ ਸਕੂਲ ਦੀ ਗਰਾਊਂਡ ਆ ਜਿਹੜੀ ਤੁਸੀਂ ਦੇਖ ਸਕਦੇ ਆ ਨਾਲ ਆ ਸਾਰੀ ਗਰਾਊਂਡ ਆ ਉਹਦੇ ਉੱਤੇ ਬਣਨਾ ਹੈਗਾ ਜਿਹੜਾ ਆ ਫੀਲਡ ਆ ਇਹ ਜਿਹੜੀ ਹੈਗੀ ਲੀਜ਼ ਤੇ ਲਈ ਹੋਈ ਆ ਉਹਦੇ ਉੱਤੇ ਆ ਤੇ ਜਿਹੜੇ ਬਾਸਕਟਬਾਲ ਕੋਰਟ ਆ ਉਹ ਵੀ ਸਕੂਲ ਵਾਲੀ ਗਰਾਊਂਡ ਜਿਹੜੀ ਜ਼ਮੀਨ ਆ ਉਹਦੇ ਉੱਤੇ ਹੈਗੇ ਇਦਾਂ ਜੀ ਇਹਦੇ ਉੱਤੇ ਆਲਰੇਡੀ ਆਫਰ ਪਾਈ ਹੋਈ ਆ ਆਪਾਂ ਪਰਚੇਜ਼ ਕਰ ਲੈਣੀ ਆ 100% ਇਹਨੂੰ ਪਰਚੇਜ਼ ਕਰ ਲੈਣਾ ਹੈਗਾ ਤਾਂ ਇਹਦੇ ਆਲਰੇਡੀ ਅਪਰੇਜ਼ਲ ਹੋ ਚੁੱਕੀ ਆ ਜਿਹੜੀ ਪੁਰਾਣੀ ਅਪਰੇਜ਼ਲ ਹੋਈ ਆ ਉਹਦੇ ਹਿਸਾਬ ਦੇ ਨਾਲ ਹੀ ਇਹਦੇ ਤੇ ਆਫਰ ਆਲਰੇਡੀ ਪਾਈ ਹੋਈ ਆ ਹੁਣ ਆਪਾਂ ਇਹਨੂੰ ਡਿਵੈਲਪ ਕਰ ਸਕਦੇ ਆ ਜਿੱਦਾਂ ਪਰ ਪ੍ਰਾਈਸ ਜਿਹੜੀ ਆਪਾਂ ਨੂੰ ਰਾ ਜਿਹੜੀ ਲੈਂਡ ਆ ਉਹਦੇ ਹਿਸਾਬ ਨਾਲ ਹੀ ਮਿਲਣੀ ਹੈਗੀ ਆ ਸਾਰੀ ਕਮਿਊਨਿਟੀ ਨੂੰ ਹੱਥ ਜੋੜ ਕੇ ਅਪੀਲ ਆ ਕਿ ਇਸ ਫੰਡ ਰੇਜ਼ਿੰਗ ਵਿੱਚ ਸਾਡਾ ਸਾਥ ਦਿਓ ਸਾਰੇ ਕਮਿਊਨਿਟੀ ਦੇ ਕਾਰਜ ਨੇ ਦਿਲ ਖੋਲ ਕੇ ਤੁਹਾਡੇ ਦੁਆਰਾ ਦਿੱਤਾ ਗਿਆ ਇੱਕ ਇੱਕ ਡਾਲਰ ਇਸ 1 ਮਿਲੀਅਨ ਜੇ ਸਾਰੇ ਫੰਡ ਦੇ ਵਿੱਚ ਸਾਡਾ ਸਹਾਈ ਹੋਏਗਾ ਤਾਂ ਆਪਾਂ ਬੱਚਿਆਂ ਨੂੰ ਆ ਰਹੇ ਆਉਣ ਵਾਲੇ ਸਾਡੇ ਭਵਿੱਖ ਨੂੰ ਜੇ ਆਪਾਂ ਗੈਂਗ ਵਾਇਲੈਂਸ ਡਰੱਗਸ ਤੋਂ ਇਹਨਾਂ ਚੀਜ਼ਾਂ ਤੋਂ ਪਾਸੇ ਕਰਕੇ ਸਪੋਰਟਸ ਨਾਲ ਜੋੜਨਾ ਤਾਂ ਆਪਾਂ ਨੂੰ ਗਰਾਊਂਡਾਂ ਬਹੁਤ ਜ਼ਰੂਰੀ ਨੇ ਤੇ ਇਸ ਕਰਕੇ ਅਸੀਂ ਇਹ ਸਟਾਰਟਿੰਗ ਕੀਤੀ ਹੈ ਗੁਰਦੁਆਰਾ ਸਾਹਿਬ ਵੱਲੋਂ ਤੇ ਤੁਹਾਡਾ ਸਾਰਾ ਹੀ ਪੈਸਾ ਪੂਰੀ ਟਰਾਂਸਪੇਰੈਂਸੀ ਦੇ ਨਾਲ ਇਹਨਾਂ ਕਾਰਜਾਂ ਵਿੱਚ ਹੀ ਜਾਏਗਾ ਇਹ ਨਹੀਂ ਵੀ ਇੱਥੋਂ ਅਸੀਂ ਫੰਡ ਇਕੱਠਾ ਕਰ ਲੈ ਕੇ ਤੇ ਹੋਰ ਲਾ ਦਾਂਗੇ ਇਹ ਗਰਾਊਂਡਸ ਵਾਸਤੇ ਹੀ ਹੋਏਗਾ ਤੇ ਗਰਾਊਂਡਸ ਵਾਸਤੇ ਹੀ ਵਰਤਿਆ ਜਾਏਗਾ ਤੇ ਸਭ ਨੂੰ ਹੱਥ ਜੋੜ ਕੇ ਅਪੀਲ ਆ ਕਿ ਖੋ ਦਿਲ ਖੋਲ ਕੇ ਦਾਨ ਕਰੋ ਜੀ ਵਾਹਿਗ